ਗੁਰਦਾਸਪੁਰ ਦੇ ਪਿੰਡ ਬਖਸ਼ੀਵਾਲਾ ਦੇ ਜਗਜੀਤ ਸਿੰਘ ਦੇ ਸੁਪੁੱਤਰ ਉਮਰਪ੍ਰੀਤ ਸਿੰਘ ਦਾ ਵਿਆਹ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਦੋਂ ਲਾੜਾ ਬਣਿਆ ਉਮਰਪ੍ਰੀਤ ਸਿੰਘ ਆਪਣੀ ਦੁਲਹਨ ਜਸਪ੍ਰੀਤ ਕੌਰ ਨੂੰ ਵਿਆਹਣ ਲਈ ਟਰੈਕਟਰ ਤੇ ਬਰਾਤ ਲੈ ਕੇ ਪਹੁੰਚਿਆ ਤਾਂ ਦੁਲਹਨ ਦੇ ਪਿਤਾ ਨੇ ਬਰਾਤ ਦਾ ਸਵਾਗਤ ਕੀਤਾ। ਵਿਆਹ ਦੀਆਂ ਰਸਮਾਂ ਤੋਂ ਬਾਅਦ ਉਮਰਪ੍ਰੀਤ ਸਿੰਘ ਆਪਣੀ ਜੀਵਨ ਸਾਥਣ ਨੂੰ ਦੁਲਹਨ ਵਾਂਗ ਸਜੇ ਟਰੈਕਟਰ ਤੇ ਬਿਠਾ ਕੇ ਲੈ ਕੇ ਆਇਆ। ਲਾੜੇ ਦੀ ਮਾਂ ਨੇ ਚੋੜੀ ਤੋਂ ਪਾਣੀ ਵਾਰ ਕੇ ਸ਼ਗਨ ਵਿਹਾਰ ਕੀਤੇ। ਅਜਿਹਾ ਕਰਕੇ ਉਮਰਪ੍ਰੀਤ ਸਿੰਘ ਨੇ ਇਲਾਕੇ ਵਿੱਚ ਅਨੋਖੀ ਮਿਸਾਲ ਪੈਦਾ ਕੀਤੀ ਹੈ। ਦੇਸ਼ ਭਰ ਵਿੱਚ ਲੋਕਡਾਊਨ ਕਾਰਨ ਜਿੱਥੇ ਸਾਦੇ ਵਿਆਹ ਹੋ ਰਹੇ ਨੇ ਉੱਥੇ ਹੀ ਆਪਸੀ ਪੁਰਾਣੀ ਸਾਂਝ ਨੂੰ ਮੁੜ ਜੋੜਨ ਦਾ ਮੌਕਾ ਮਿਲ ਰਿਹਾ ਹੈ। ਗੁਰਦਾਸਪੁਰ ਤੋਂ ਦਵਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ। ਅੱਜ ਤੁਸੀਂ ਇੱਕ ਟਰੈਕਟਰ ਦੇ ਉੱਪਰ ਸਜਾ ਕੇ ਟਰੈਲੀ ਨੂੰ ਟਰੈਕਟਰ ਨੂੰ ਸਜਾ ਕੇ ਦੋ ਗੋਲੀ ਬੰਦ ਲੈ ਕੇ ਆਏ ਗੋਲੀ। ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ, ਕੀ ਕਹਿਣਾ ਚਾਹੁੰਦੇ ਹੋ? ਵਧੀਆ ਲੱਗਾ ਜੀ, ਸ਼ੌਂਕ ਸੀ ਇਹੋ ਜਿਹੇ, ਇਸ ਕਰਕੇ ਵਧੀਆ ਲੱਗਾ ਜੀ। ਅੱਛਾ ਜੀ, ਜੋ ਸਰਕਾਰ ਦੀਆਂ ਹਦਾਇਤਾਂ ਵਾਂ ਅਤੇ ਦੂਜੀ ਗੱਲ ਜੋ ਇਹ ਜੋ ਚੱਲ ਰਿਹਾ ਵਾ ਕਿ ਮਹਾਂਮਾਰੀ, ਕਰੋਨਾ ਮਹਾਂਮਾਰੀ ਚੱਲ ਰਹੀ ਬਿਮਾਰੀ, ਇਹਦੇ ਸਾਰੇ ਸੰਸਾਰ 'ਤੇ ਬੜਾ ਜ਼ੋਰ ਚੱਲ ਰਿਹਾ। ਇਹਨੂੰ ਮੱਦੇਨਜ਼ਰ ਰੱਖਦਿਆਂ ਇੱਕ ਸਾਦਾ ਵਿਆਹ ਕੀਤਾ ਗਿਆ। 5-7 ਬੰਦੇ ਬਰਾਤੇ ਗਏ ਆ, ਬੜੇ ਸਾਦੇ ਢੰਗ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਗੁਰਮਰਜ਼ਾਦਾ ਨਾਲ ਆਨੰਦ ਕਾਰਜ ਹੋਇਆ। ਆਨੰਦ ਕਾਰਜ ਤੋਂ ਬਾਅਦ ਇਹ ਡੋਲੀ ਜਿਹੜੀ ਆਪਣੇ ਘਰ ਆਈ ਆ। ਇਸੇ ਕਰਕੇ ਸਾਰੇ ਸੰਸਾਰ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ। ਦੂਜੀ ਗੱਲ ਵੀ ਇਹ ਮਹਾਂਮਾਰੀ ਜੇ ਸੰਸਾਰ ਚੱਲ ਰਹੀ ਆ, ਇਹ ਸਾਨੂੰ ਇੰਨਾ ਕੁ ਕਰਨਾ ਚਾਹੀਦਾ। ਇਹ ਜਿਹੜੀਆਂ ਸੰਸਾਰ ਦੀਆਂ ਇਹ ਲੋੜਾਂ ਹਨ, ਜੋ ਵਿਆਹ ਇਸ ਰਸਮ 'ਤੇ ਹੋਣੇ ਚਾਹੀਦੇ ਆ, ਕਿਉਂਕਿ ਜੇ ਅਸੀਂ ਬੜਾ ਲੱਖਾਂ ਕਰੋੜਾਂ ਰੁਪਈਆ ਖਰਚ ਕਰਦੇ ਹਾਂ, ਇਹਦਾ ਸਾਨੂੰ ਬਚਾਅ ਕਰਨਾ ਚਾਹੀਦਾ। ਇਹ ਬਹੁਤ ਵਧੀਆ ਤਰੀਕਾ ਹੈ, ਇਸੇ ਤਰ੍ਹਾਂ ਸੰਸਾਰ ਨੂੰ ਚੱਲਣਾ ਚਾਹੀਦਾ। ਥੋੜ੍ਹੇ ਬੰਦੇ ਬਰਾਤੇ ਜਾਣ ਜਾਂ ਲੱਖਾਂ ਕਰੋੜਾਂ ਰੁਪਈਆ ਖਰਚ ਹੁੰਦਾ, ਉਹ ਨਾ ਹੋਇਆ ਜਾਵੇ। ਇਸ ਕਰਕੇ ਸਾਦੇ ਢੰਗ ਨਾਲ ਵਿਆਹ ਕੀਤਾ ਗਿਆ ਅਤੇ ਬਹੁਤ ਬਹੁਤ ਧੰਨਵਾਦ। ਸਰ, ਇੱਕ ਟਰੈਕਟਰ ਟਰੈਲੀ ਦਾ ਇੱਕ ਅਨੋਖਾ ਵੇਖਣ ਨੂੰ ਮਿਲਿਆ, ਟਰੈਕਟਰ ਨੂੰ ਸਜਾ ਕੇ ਡੋਲੀ ਵਾਂਗ ਟਰੈਕਟਰ ਨੂੰ ਸਜਾਇਆ ਗਿਆ। ਹਾਂਜੀ ਹਾਂਜੀ, ਇਹ ਵੀ ਬਹੁਤ ਵਧੀਆ, ਕਿਉਂਕਿ ਜਿਹੜਾ ਅਸੀਂ ਇੰਨੀਆਂ ਗੱਡੀਆਂ ਦਾ ਹਜੂਮ ਲੈ ਕੇ ਜਾਂਦੇ ਹਾਂ, ਇਹ ਸਾਰੇ ਸਾਧਨ ਜਿਹੜੇ ਆ ਇਹ ਥੋੜ੍ਹੇ ਖਰਚੇ ਦੇ ਕਰਕੇ ਇਹ ਬਹੁਤ ਵਧੀਆ ਸੰਸਾਰ ਨੂੰ ਸੇਧ ਦੇਣ ਵਾਸਤੇ ਆ ਇਹ ਜੋ ਪ੍ਰੋਗਰਾਮ ਕੀਤਾ ਗਿਆ। ਵੀ ਇਸੇ ਤਰ੍ਹਾਂ ਸੰਸਾਰ ਜਿਹੜਾ ਇਸ ਤਰ੍ਹਾਂ ਘੱਟ ਖਰਚੇ 'ਤੇ ਇਹੋ ਜਿਹਾ ਕੰਮ ਕਰੇ ਤਾਂ ਕਿ ਸਾਡਾ ਖਰਚੇ ਦਾ ਜਿਹਾ ਬਚਾਅ ਹੋ ਸਕੇ। ਬਹੁਤ ਠੀਕ ਹੈ, ਖੁਸ਼ੀ ਵਾਲੀ ਗੱਲ ਹੈ। ਜਿਹੜਾ ਮੈਂ ਅੱਜ ਵਿਆਹ ਵੇਖਿਆ ਇਹੋ ਜਿਹਾ ਮਾਹੌਲ ਮਾਰੇ, ਹਰ ਇੱਕ ਬੱਚਾ ਕਰੇ। ਠੀਕ ਹੈ, ਤੁਹਾਡੇ ਵਾਲੀ ਗੱਲ ਹੈ ਕਿ ਬੱਚਿਆਂ ਦੇ ਕਿ ਮੈਨੂੰ ਬਲੈਰੋ ਕਾਰ ਦੇ ਸਟਾਫ ਜੋ ਕਾਰ ਹੀ ਚਾਹੀਦੀ ਹੈ। ਜਿੱਦਾਂ ਟਰੈਕਟਰ 'ਤੇ ਆਇਆ, ਬੜਾ ਸਾਦਾ ਘਰ ਦਾ ਟਰੈਕਟਰ, ਕੋਈ ਕਿਰਾਏ 'ਤੇ 4,000 ਨਾ ਗੱਡੀ ਨਹੀਂ ਕੀਤੀ, ਕੋਈ ਗੱਲ ਨਹੀਂ, ਘਰ ਦਾ ਟਰੈਕਟਰ ਲੈ ਕੇ ਘਰੇ ਚੁੱਪ ਕਰਕੇ ਮਾਨ ਦੇ ਨਾਲ ਆਇਆ, ਫਿਰ ਕਰਕੇ ਘਰ ਹੁੰਦਾ ਗਿਆ। ਬਹੁਤ ਵਧੀਆ ਖਰਚਾ ਬਚਦਾ, 2,000 ਰੁਪਈਆ ਜਿਹੜਾ ਖਰਚਾ ਉਹ ਬਚਦਾ। ਮੈਂ ਬਹੁਤ ਖੁਸ਼ ਹਾਂ ਮਹਾਰਾਜ, ਸਾਰੇ ਬੱਚੇ ਇਹੋ ਜਿਹੇ ਹੋਣ ਜਿੱਦਾਂ ਅੱਜ ਬੱਚਾ ਆਇਆ, ਅੱਜ ਤਾਂ ਟਰੈਕਟਰ 'ਤੇ ਵੀ ਆਇਆ। ਹਾਂ, ਟਰੈਕਟਰ 'ਤੇ ਆਇਆ, ਬਹੁਤ ਸੋਹਣਾ। ਵੇਖੋ, ਉਹ ਕੁੜੀ ਨੂੰ ਲੈ ਕੇ ਗਿਆ ਆ, ਟਰੈਕਟਰ 'ਤੇ ਗਿਆ ਆ, ਕੋਈ ਖਰਚ ਨਹੀਂ, ਖਰਾਬਾ ਨਹੀਂ, ਕੋਈ ਗੱਡੀ ਨਹੀਂ, ਮੈਨੂੰ ਨੋਵਾ ਚਾਹੀਦੀ ਆ, ਮੈਨੂੰ ਸਕਾਰਪੀਓ ਚਾਹੀਦੀ ਆ। ਬਹੁਤ ਵਧੀਆ, ਬਹੁਤ ਹੀ ਸੋਹਣਾ ਲੱਗਾ ਜੀ, ਸਾਦਾ ਵਿਆਹ। ਦਾਜ ਵਾਸਤੇ ਵੀ ਕਹਿਣਾ ਚਾਹੁੰਦਾ, ਮੈਂ ਦਾਜ ਤੋਂ ਬਚਾ ਬਚ ਕੇ ਜਾਂਦਾ। ਦਾਜ ਤੋਂ ਬਿਲਕੁਲ ਬਚ ਗਿਆ ਜੀ, ਕੋਈ ਦਾਜ ਦੂਜ ਨਹੀਂ ਹੋਣਾ, ਕੋਈ ਮੰਗਿਆ ਨਹੀਂ, ਕੋਈ ਮੈਂ ਨਹੀਂ ਦੇਣ, ਬਿਲਕੁਲ ਨਹੀਂ, ਬਿਲਕੁਲ ਕੋਈ ਰਸਮ ਨਹੀਂ, ਚਾਹ ਕੱਪ ਪੈ ਕੋਈ ਨਹੀਂ। ਠੀਕ ਹੈ, ਸਤਿ ਸ਼੍ਰੀ ਅਕਾਲ। ਸਾਡੇ ਅੱਜ ਭਰਾ ਦਾ ਵਿਆਹ ਸੀ, ਆਪਾਂ ਅੱਜ ਸਰਕਾਰ ਦੀ ਦਿਹਾਤ ਨਾਲ ਵਿਆਹ ਕੀਤਾ ਹੈ। ਉਹਨੇ 10 ਤੋਂ 5 ਬੰਦੇ ਗਏ ਸੀਗੇ, ਉਨੇ ਬੰਦੇ ਗਏ ਨੇ,